ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਵਾਲੇਕੁਮ। ਕੀ ਹਾਲ ਆ ਤੁਹਾਡਾ? ਠੀਕ ਠਾਕ ਹੋ? ਅੱਲਾ ਤੁਹਾਨੂੰ ਖੁਸ਼ ਰੱਖੇ। ਅੱਜ ਤੁਹਾਨੂੰ ਦੱਸਾਂਗੇ ਅਸੀਂ ਲੱਗਿਆ ਬਣਾਉਣ ਮਿੱਠੇ ਭਟੂਰੇ। ਕਈ ਲੋਕ ਬਾਜ਼ਾਰੋਂ ਵੀ ਲੈ ਕੇ ਖਾਂਦੇ ਨੇ, ਮਿੱਠੇ ਬੜੇ ਮਜ਼ੇਦਾਰ ਹੁੰਦੇ ਨੇ ਅਤੇ ਬੜਾ ਮਜ਼ਾ ਆਉਂਦਾ ਖਾਣ ਦਾ। ਤੁਹਾਨੂੰ ਦੱਸਾਂਗੇ ਉਹਦੇ 'ਚ ਕੀ ਕੀ ਚੀਜ਼ਾਂ ਪੈਣੀਆਂ ਨੇ, ਕਿਸ ਤਰ੍ਹਾਂ ਬਣਨੇ ਨੇ। ਸਭ ਤੋਂ ਪਹਿਲੇ ਅਸੀਂ ਇੱਕ ਕੱਪ ਅਸੀਂ ਲੈ ਲਿਆ ਮੈਦੇ ਦਾ, ਮਿੱਠਾ ਸੋਡਾ ਇੱਕ ਚੁਟਕੀ ਨਮਕ, ਇਹ ਦੋਵੇਂ ਚੀਜ਼ਾਂ ਅਸੀਂ ਇਹਦੇ 'ਚ ਮਿਲਾ ਦੇਵਾਂਗੇ। ਇਹਦੇ 'ਚ ਇੱਕ ਕੱਪ ਪੈਣਾ ਗੰਦਮ ਦਾ ਆਟਾ। ਅਸੀਂ ਗੰਦਮ ਦਾ ਆਟਾ ਨਹੀਂ ਪਾਵਾਂਗੇ, ਸਾਡੇ ਕੋਲ ਆਟਾ ਗੁੰਨਿਆ ਦਾ ਪਿਆਦਾ ਸੀ ਅਤੇ ਉਹ ਖਮੀਰਾ ਕਰਨਾ ਪੈਂਦਾ, ਖਮੀਰਾ ਵੈਸੇ ਹੀ ਹੋ ਗਿਆ ਦਾ ਅਤੇ ਇਹਨੂੰ ਸੁੱਟਣਾ ਨਹੀਂ ਹੈਗਾ, ਕਿਉਂਕਿ ਇਹੋ ਇਹਦੇ 'ਚ ਪਾ ਕੇ ਅਸੀਂ ਗੁੰਨ ਲਵਾਂਗੇ। ਇਹਦੇ ਨਾਲ ਸਾਡਾ ਆਟਾ ਖਮੀਰਾ ਹੋ ਜਾਏਗਾ, ਭਟੂਰੇ ਫੁੱਲ ਜਾਣਗੇ। ਇਹਨੂੰ ਅਸੀਂ ਇਹਦੇ 'ਚ ਪਾ ਦੇਵਾਂਗੇ, ਕਿਉਂਕਿ ਆਟਾ ਸਾਡਾ ਪਿਆਦਾ, ਖਮੀਰਾ ਹੋ ਗਿਆ, ਸਾਡੇ ਕੰਮ ਆ ਜਾਏਗਾ। ਕੋਈ ਚੀਜ਼ ਜ਼ਾਇਆ ਨਹੀਂ ਕਰਨੀ ਚਾਹੀਦੀ, ਸੁੱਟਣੀ ਨਹੀਂ ਚਾਹੀਦੀ, ਉਹਨੂੰ ਇਸਤੇਮਾਲ ਕਰ ਲਵਾਂਗੇ। ਇਹਦੇ 'ਚ ਪਾਵਾਂਗੇ ਅਸੀਂ ਇੱਕ ਕੱਪ ਚੀਨੀ। ਅਗਰ ਤੁਸੀਂ ਚੱਕ ਕੇ ਤੁਹਾਨੂੰ ਥੋੜ੍ਹੀ ਲੱਗੇ ਤੁਸੀਂ ਹੋਰ ਪਾ ਸਕਦੇ ਹੋ। ਭਟੂਰੇ ਤਾਂ ਵੈਸੇ ਗੁੜ ਵਾਲੇ ਬਣਾਓ, ਉਹਨਾਂ ਦਾ ਕਲਰ ਆਪਣਾ ਹੀ ਗੁੜ ਦਾ ਹੁੰਦਾ, ਮਾਸ਼ਾਅੱਲਾ ਉਹਦੇ ਨਾਲ ਕਲਰ ਬਹੁਤ ਪਿਆਰਾ ਹੁੰਦਾ। ਸਾਡੇ ਕੋਲ ਗੁੜ ਨਹੀਂ ਹੈ ਅਤੇ ਅਸੀਂ ਚੀਨੀ ਪਾ ਲਈ ਹੈ। ਅਸੀਂ ਇਹਦਾ ਥੋੜ੍ਹਾ ਜਿਹਾ ਕਲਰ ਬਦਲਣ ਵਾਸਤੇ ਅਸੀਂ ਚਿਕੰਦਰ ਦਾ ਪਾਊਡਰ ਬਣਾ ਕੇ ਰੱਖਿਆ ਦਾ, ਇਹ ਤੁਸੀਂ ਦੇਖ ਸਕਦੇ ਹੋ ਅਸੀਂ ਘਰ ਬਣਾ ਕੇ ਰੱਖਿਆ ਦਾ। ਇਹਨੂੰ ਅਸੀਂ ਇੱਕ ਚੁਟਕੀ ਇਹਦੇ 'ਚ ਪਾਵਾਂਗੇ, ਥੋੜ੍ਹਾ ਜਿਹਾ ਇਹਦਾ ਕਲਰ ਥੋੜ੍ਹਾ ਬਿਲਕੁਲ ਬਿਹਤਰ ਹੋ ਜਾਏਗਾ। ਇਹਦੇ 'ਚ ਹੁਣ ਪਾਣੀ ਪਾਵਾਂਗੇ, ਥੋੜ੍ਹਾ ਥੋੜ੍ਹਾ ਕਰਕੇ ਅਸੀਂ ਇਹਨੂੰ ਗੁੰਨਾਂਗੇ। ਆਟਾ ਅਸੀਂ ਦੇਖ ਲਓ ਇੰਨਾ ਕੁ ਸਖਤ ਅਸੀਂ ਰੱਖਿਆ, ਇਹਨਾਂ ਨੂੰ ਅਸੀਂ 10 ਮਿੰਟ ਤੱਕ ਮੈਂ ਆਟੇ ਨੂੰ ਉਲਟ ਪੁਲਟ ਕਰਕੇ ਮੈਂ ਚੰਗੀ ਤਰ੍ਹਾਂ ਇਹਨੂੰ ਗੁੰਨ ਲਿਆ, ਤਾਂ ਕਿ ਇਹਦੇ 'ਚ ਕੋਈ ਗਿਲਟੀ ਨਾ ਰਹਿ ਜਾਵੇ ਆਟੇ ਦੇ ਵਿੱਚ। ਮਾਸ਼ਾਅੱਲਾ ਦੇਖੋ ਕਲਰ ਵੀ ਕਿੰਨਾ ਪਿਆਰਾ, ਬਿਲਕੁਲ ਲੱਗਦਾ ਪਿਆ ਕਿ ਗੁੜ ਪਾਇਆ ਦਾ ਇਹਦੇ 'ਚ, ਕੋਈ ਕਹਿ ਨਹੀਂ ਸਕਦਾ ਚੀਨੀ ਇਹਦੇ 'ਚ ਪਾ ਕੇ ਦਿੰਦੇ ਹਾਂ ਅਸੀਂ। ਇਹਨੂੰ ਅਸੀਂ ਸਖਤ ਰੱਖਿਆ, ਇੰਨਾ ਕੁ ਅਸੀਂ ਰੱਖ ਦਾਂਗੇ ਇਹਨੂੰ, ਕਮ ਸੇ ਕਮ 15-20 ਮਿੰਟ ਰੱਖਾਂਗੇ ਅਸੀਂ। ਉੱਤੇ ਥੋੜ੍ਹਾ ਜਿਹਾ ਆਇਲ ਲਾ ਦਾਂਗੇ, ਕਿਉਂਕਿ ਉੱਤੇ ਸੁੱਕੇ ਨਾ ਆਟਾ ਸਾਡਾ। ਇਹਨੂੰ ਅਸੀਂ ਢੱਕ ਦੇਵਾਂਗੇ, ਉਸ ਤੋਂ ਬਾਅਦ ਜਿਹੜਾ ਥੋੜ੍ਹਾ ਜਿਹਾ ਖਮੀਰਾ ਹੋ ਜਾਏਗਾ, ਫਿਰ ਭਟੂਰੇ ਅਸੀਂ ਬਣਾਵਾਂਗੇ। ਤੋਂ 15 ਮਿੰਟ ਹੋ ਗਏ ਨੇ ਸਾਨੂੰ ਆਟਾ ਗੁੰਨ ਕੇ ਰੱਖਿਆ ਦਾ ਭਟੂਰਿਆਂ ਦਾ, ਅਤੇ ਅਸੀਂ ਚੈੱਕ ਕਰਾਂਗੇ। ਇਹ ਤੁਸੀਂ ਦੇਖ ਸਕਦੇ ਹੋ ਆਟਾ ਖਮੀਰਾ ਹੋ ਗਿਆ ਬਿਲਕੁਲ, ਇਹ ਵੇਖੋ ਬਬਲ ਬਣੇ ਦੇ ਨੇ ਵਿੱਚ, ਨਜ਼ਰ ਆ ਸਕ ਆਉਂਦੇ ਪਏ ਨੇ। ਪਲੇਟ 'ਚ ਅਸੀਂ ਆਇਲ ਲਾ ਲਿਆ ਸਾਰੀ 'ਚ, ਕਿਉਂਕਿ ਜਿਹੜੇ ਅਸੀਂ ਪੇੜੇ ਕਰਨੇ ਨੇ ਇਹਦੇ ਨਾਲ ਨਾ ਜੋੜਨ, ਸਾਡੇ ਆਇਲ ਲਾ ਲਾਂਗੇ। ਇਸ ਤਰੀਕੇ ਨਾਲ ਜਿਹੜੇ ਅਸੀਂ ਬਣਾ ਲਵਾਂਗੇ ਛੋਟੇ ਛੋਟੇ ਸਾਰੇ ਬੜੇ, ਦੇਖੋ ਅਸੀਂ ਇਸ ਤਰੀਕੇ ਨਾਲ ਬਣਾ ਕੇ ਰੱਖ ਲਏ ਨੇ। ਉਹਨਾਂ ਨਾਲ ਪੇੜਿਆਂ ਨੂੰ ਇੱਕ ਇੱਕ ਕਰਕੇ ਅਸੀਂ ਇਹਨਾਂ ਨੂੰ ਵੇਲ ਲਵਾਂਗੇ। ਥੋੜ੍ਹਾ ਜਿਹਾ ਮੈਦਾ ਲੈ ਲਿਆ, ਮੈਦਾ ਨਹੀਂ ਤਾਂ ਤੁਸੀਂ ਕਣਕ ਦਾ ਆਟਾ ਲੈ ਸਕਦੇ, ਉਹਨਾਂ 'ਚ ਹਲਕਾ ਹਲਕਾ ਲਾ ਕੇ, ਕਿਉਂਕਿ ਵੇਲਣ ਲੱਗਿਆ ਇਹਦੇ 'ਚ ਜੋੜਨਾ, ਅਤੇ ਰੱਖ ਲਵਾਂਗੇ ਇਹਨਾਂ ਨੂੰ ਇੱਕ ਵਾਰੀ ਆਸਾਨੀ ਨਾਲ, ਫਿਰ ਤਲਦੇ ਰਹਾਂਗੇ ਸਾਰੇ ਇੱਕ ਵਾਰੀ ਆਰਾਮ ਨਾਲ ਤਲੇ ਕਰ, ਐਡੇ ਐਡੇ ਅਸੀਂ ਤਲ ਲਾਂਗੇ। ਤੁਸੀਂ ਇੱਥੇ ਛੋਟੇ ਵੱਡੇ ਵੀ ਕਰ ਸਕਦੇ, ਛਾਬੀ 'ਚ ਅਸੀਂ ਪੂਣਾ ਰੱਖ ਲਿਆ ਕਿਉਂਕਿ ਇਹਦੇ 'ਚ ਰੱਖੀ ਜਾਵਾਂਗੇ ਅਸੀਂ ਸਾਰੇ ਇਕੱਠੇ ਵੇਲ ਕੇ ਇੱਕ ਦੂਸਰੇ ਦੇ ਨਾਲ ਨਾਲ ਜੁੜੇ। ਮਜ਼ੇ ਮਜ਼ੇ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਬਣਦੀਆਂ ਨੇ, ਆਟੇ ਦੀਆਂ, ਮੈਦੇ ਦੀਆਂ, ਇਸ ਤਰ੍ਹਾਂ ਛੋਟੀ ਛੋਟੀਆਂ ਚੀਜ਼ਾਂ ਬਣਾਇਆ ਕਰੋ, ਬੱਚੇ ਖੁਸ਼ ਰਹਿੰਦੇ ਨੇ। ਮੈਂ ਤਾਂ ਵੈਸੇ ਵੀ ਹੁਣ ਆਪਣੀ ਜ਼ਿੰਦਗੀ ਦਾ ਆਟਾ ਖਤਮ ਕਰਕੇ ਜਾਣਾ, ਤਾਂ ਫਿਰ ਇਸੇ ਤਰੀਕੇ ਨਾਲ ਹੁਣ ਖਤਮ ਕਰਾਂਗੇ, ਕਿਉਂਕਿ ਇਸ ਤਰੀਕੇ ਨਾਲ ਮੈਂ ਲੱਗੀ ਦੀ ਹਾਂ। ਇਹਦਾ ਮਕਸਦ ਇਹ ਹੈ ਕਿ ਜ਼ਿੰਦਗੀ 'ਚ ਆਟਾ ਜਿਹੜਾ ਖਤਮ ਕਰਕੇ ਜਾਣਾ। ਤਰੀਕੇ ਨਾਲ ਅਸੀਂ ਸਾਰੇ ਬਣਾ ਲਵਾਂਗੇ,
ਤੁਸੀਂ ਵੇਲਣ ਨਾਲ ਨਹੀਂ ਅਗਰ ਬਣਾ ਸਕਦੇ, ਤੁਸੀਂ ਹੱਥ ਨਾਲ ਵੇਸਣਾ ਨੂੰ ਕਰ ਸਕਦੇ, ਫੈਲਾ ਸਕਦੇ, ਛੋਟਾ ਬੜਾ ਪਿਆਰਾ ਹੋ ਜਾਂਦਾ। ਮੈਂ ਦੋ ਹੱਥ ਨਾਲ ਇਸ ਤਰੀਕੇ ਨਾਲ ਬਣਾ ਲੈਣੇ, ਹਲਕਾ ਹਲਕਾ ਮੈਦਾ ਸੁੱਟ ਕੇ। ਕੋਲ ਬਣ ਗਿਆ ਇਸ ਤਰੀਕੇ ਨਾਲ, ਸਾਰੇ ਬਣਾ ਕੇ ਰੱਖ, ਸਾਰੇ ਇਸ ਤਰ੍ਹਾਂ ਦੇਖ ਕੇ ਰੱਖ ਲਈਆਂ ਨੇ। ਉਹਨਾਂ ਨੂੰ ਸਿਰਫ ਕੜਾਹੀ ਅਸੀਂ ਚੁੱਲ੍ਹੇ 'ਤੇ ਚੜਾ ਦਿੱਤੀ ਆ, ਆਇਲ ਪਾ ਤਾ ਅਸੀਂ, ਬਿਲਕੁਲ ਵੇਖੋ ਗਰਮ ਹੋ ਗਿਆ। ਅਸੀਂ ਇਹਦੇ 'ਚ ਗਰਮ ਗਰਮ ਦੇ ਵਿੱਚ ਪਾਵਾਂਗੇ ਭਟੂਰੇ ਜਿਹੜੇ ਅਸੀਂ ਬਣਾ ਕੇ ਰੱਖੇ ਨੇ। ਬਿਸਮਿਲਲਾ, ਕੋਈ ਏਡਾ ਟਾਈਮ ਨਹੀਂ ਹੈਗਾ, ਕੋਈ ਏਡਾ ਔਖਾ ਕੰਮ ਨਹੀਂ ਹੈਗਾ, ਬਿਲਕੁਲ ਆਸਾਨ ਕੰਮ ਹੈ ਅਤੇ ਬੜਾ ਮਜ਼ਾ। ਕਦੀ ਕਦੀ ਚਸਕਾ ਲਾਉਣਾ ਹੋਏ ਨਾ ਤਾਂ ਫਿਰ ਇਹ ਬਣਾ ਲਓ ਬਹਿ ਕੇ। ਸਾਰੇ ਮਿੱਠੇ ਭਟੂਰੇ ਬਿਲਕੁਲ ਤਿਆਰ ਹੋ ਗਏ ਨੇ, ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਆ, ਦੇਖੋ ਫੁੱਲ ਗਏ ਨੇ। ਖਾ ਕੇ ਚੈੱਕ ਵੀ ਕਰ ਸਕਦੇ ਹੋ, ਸੋਹਣੇ ਬੜੇ, ਅਸੀਂ ਤੁਹਾਨੂੰ ਖਾ ਕੇ ਵੀ ਦੱਸਾਂਗੇ ਚੈੱਕ ਕਰਕੇ ਇਨਸ਼ਾਅੱਲਾ। ਵੇਖੋ ਬਿਲਕੁਲ ਅੰਦਰ ਤੱਕ ਪੱਕ ਗਏ ਨੇ ਹਲਕੀ ਅੱਗ 'ਤੇ, ਅਤੇ ਮਿੱਠੇ ਭਟੂਰੇ ਬੜੇ ਮਜ਼ੇਦਾਰ ਨੇ। ਤੁਸੀਂ ਤੇਲ ਵੀ ਲਾ ਕੇ ਕੱਢ ਸਕਦੇ ਹੋ, ਅਸੀਂ ਤੇਲ ਨਹੀਂ ਲਾਏ ਇਹਨਾਂ ਨੂੰ, ਇਸ ਨਹੀਂ ਕੱਢ ਲਏ ਅਤੇ ਬੜੇ ਮਜ਼ੇਦਾਰ ਨੇ। ਬਣਾ ਕੇ ਦੇਖਣਾ, ਚੈੱਕ ਕਰਕੇ ਖਾ ਕੇ ਬੜਾ ਮਜ਼ਾ ਆਏਗਾ। ਬੱਚੇ ਵੀ ਖੁਸ਼ ਹੋ ਜਾਂਦੇ ਨੇ ਜਦ ਖਾਂਦੇ ਨੇ ਇਹ ਚੀਜ਼। ਅਤੇ ਫਿਰ ਸਾਡੀ ਵੀਡੀਓ ਪਸੰਦ ਆਈ, ਸਾਨੂੰ ਫੋਲੋ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਬੈਲ 'ਤੇ ਹੱਥ ਮਾਰ ਦੇਣਾ। ਫਿਰ ਮਿਲਾਂਗੇ ਅਗਲੀ ਡਿਸ਼ ਨਾਲ। ਅਸਲਾਮੁਅਲੈਕੁਮ।